ਭੋਲਾ ਵਿਖੇ ਇੱਕ ਕਿਸਾਨ ਦੇ ਘਰ ਵਿੱਚ ਨਵੀਂ ਸੂਈ ਗਾਂ ਦੇ ਮੂੰਹ ਖੁਰਦਾ ਸਰਕਾਰੀ ਟੀਕਾ ਲੱਗਣ ਤੋਂ ਕਰੀਬ ਅੱਧੇ ਘੰਟੇ ਬਾਅਦ ਹੀ ਉਕਤ ਗਾਂ ਦੀ ਤਬੀਅਤ ਵਿਗੜ ਗਈ ਤੇ ਹਾਲ ਦੀ ਘੜੀ ਗੰਭੀਰ ਹਾਲਤ ਵਿੱਚ ਉਸ ਗਾਂ ਦੇ ਮੈਡੀਕਲ ਟੈਸਟ ਕਰਵਾਏ ਜਾ ਰਹੇ ਹਨ ਤਾਂ ਜੋ ਪਤਾ ਲੱਗ ਸਕੇ ਕਿ ਉਕਤ ਗਾਂ ਨੂੰ ਕੀ ਹੋਇਆ ਹੈ ਤੇ ਉਸ ਨੂੰ ਕਿਸ ਤਰ੍ਹਾਂ ਦੇ ਇਲਾਜ ਦੀ ਲੋੜ ਹੈ। ਜਾਣਕਾਰੀ ਦਿੰਦਿਆਂ ਕਿਸਾਨ ਸੁਖਵਿੰਦਰ ਸਿੰਘ ਤੇ ਉਸ ਦੇ ਪੁੱਤਰ ਅਮਰਦੀਪ ਸਿੰਘ ਨੇ ਦੋਸ਼ ਲਗਾਇਆ ਕਿ ਜਦੋਂ ਨੱਬੀਪੁਰ ਤੋਂ ਇੱਕ ਫਾਰਮਾਸਿਸਟ ਉਹਨਾਂ ਘਰ ਬੀਤੀ  5 ਅਪ੍ਰੈਲ ਨੂੰ ਮੂੰਹ ਖੁਰਦਾ ਟੀਕਾ ਲਗਾਉਣ ਆਇਆ ਸੀ ਤਾਂ ਉਹਨਾਂ ਉਕਤ ਫਾਰਮਾਸਿਸਟ ਨੂੰ ਕਿਹਾ ਸੀ ਕਿ ਗਾਂ ਹਲੇ ਨਵੀਂ ਸੂਈ ਹੈ ਤੇ ਇਹ ਟੀਕਾ ਬਹੁਤ ਗਰਮ ਹੁੰਦਾ ਹੈ ਜੋ ਲਗਾਉਣਾ ਖਤਰਨਾਕ ਹੋ ਸਕਦਾ ਹੈ, ਜਿਸ ਤੇ ਉਕਤ ਵਿਅਕਤੀਆਂ ਨੇ ਉਹਨਾਂ ਨੂੰ ਕਿਹਾ ਕਿ ਗਾਂ ਨੂੰ ਟੀਕੇ ਨਾਲ ਕੁਝ ਨਹੀਂ ਹੋਵੇਗਾ ਤੇ ਉਹ ਇਸ ਦੀ ਗਰੰਟੀ ਲੈਂਦੇ ਹਨ। ਉਹਨਾਂ ਕਿਹਾ ਕਿ ਬਾਰ-ਬਾਰ ਮਨਾ ਕਰਨ ਦੇ ਬਾਵਜੂਦ ਵੀ ਉਕਤ ਫਾਰਮਾਸਿਸਟ ਨੇ ਟੀਕਾ ਲਗਾ ਦਿੱਤਾ ਤੇ ਅੱਜ ਗਾਂ ਦੀ ਤਬੀਅਤ ਬਹੁਤ ਵਿਗੜੀ ਹੋਣ ਕਾਰਨ ਉਹਨਾਂ ਡਾਕਟਰਾਂ ਨੂੰ ਮੌਕੇ ਤੇ ਬੁਲਾਇਆ। ਇਸ ਮੌਕੇ ਉਹਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਕਤ ਗਾਂ ਦਾ ਸਹੀ ਇਲਾਜ ਕੀਤਾ ਜਾਵੇ ਤੇ ਜੇਕਰ ਗਾਂ ਨੂੰ ਕੁਝ ਹੋ ਜਾਂਦਾ ਹੈ ਤਾਂ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਕਿਉਂਕਿ ਗਾਂ ਰੋਜ਼ਾਨਾ 12 ਲੀਟਰ ਦੇ ਕਰੀਬ ਦੁੱਧ ਦਿੰਦੀ ਸੀ ਤੇ ਉਸ ਦੀ ਕੀਮਤ ਕਰੀਬ 60,000 ਰੁਪਏ ਹੈ। ਜਦੋਂ ਗਾਂ ਨੂੰ ਦੇਖਣ ਪਹੁੰਚੇ ਉਕਤ ਫਾਰਮਾਸਿਸਟ ਤੇ ਇੱਕ ਵੈਟਰਨਰੀ ਡਾਕਟਰ ਨੂੰ ਪੁੱਛਿਆ ਤਾਂ ਉਹਨਾਂ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਇਹ ਟੀਕੇ ਘਰ ਘਰ ਜਾ ਕੇ ਮੁਫਤ ਲਗਾਏ ਜਾ ਰਹੇ ਹਨ, ਜਿਸ ਨਾਲ ਕਿਸੇ ਪਸ਼ੂ ਨੂੰ ਕੁਝ ਨਹੀਂ ਹੁੰਦਾ, ਚਾਹੇ ਉਹ ਗਰਭਵਤੀ ਹੋਵੇ ਜਾਂ ਨਵੀਂ ਸੂਈ। ਉਹਨਾਂ ਕਿਹਾ ਕਿ ਉਹਨਾਂ ਗਾਂ ਦੇ ਖੂਨ ਦੇ ਨਮੂਨੇ ਲੈ ਲਏ ਹਨ ਤੇ ਇਹਨਾਂ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਗਾਂ ਨੂੰ ਕੀ ਹੋਇਆ ਹੈ। ਮਨਾ ਕੀਤਾ ਸੀਗਾ ਵੀ ਮੂੰਹ ਖੁਰ ਦਾ ਟੀਕਾ ਲਾਉਣ ਆਏ ਸੀਗੇ ਵੀ ਤਾਜ਼ਾ ਡੰਗਰ ਸੂਇਆ ਵਾ ਜੀ, ਹਲੇ ਹਫ਼ਤਾ ਹੋਇਆ, ਪਰ ਇਹ ਕਹਿੰਦੇ ਸਾਡੀ ਗਰੰਟੀ ਹੈ ਜੀ ਵੀ ਕੋਈ ਚੱਕਰ ਨਹੀਂ ਹੈ ਜੀ। ਅਤੇ ਟੀਕਾ ਲਾਉਣ ਤੋਂ ਅੱਧੇ ਪੌਣੇ ਘੰਟੇ ਬਾਅਦ ਡੰਗਰ ਬੈਠ ਗਿਆ ਜੀ ਅਤੇ ਮੁੜ ਕੇ ਉਦੋਂ ਦਾ ਹੀ ਖੜਾ ਨਹੀਂ ਹੋਇਆ, ਨਾ ਇਹਨੇ ਕੁਛ ਖਾਇਆ ਵੀ ਉਦੋਂ। ਡਾਕਟਰ ਸਾਹਿਬ ਨੇ ਲਾਇਆ ਜੀ, ਆ ਖੜੇ ਜੀ ਡਾਕਟਰ ਸਾਹਿਬ ਅਤੇ ਪਿੰਡ 'ਚ ਆਏ ਵੀ ਸੀਗੇ ਸਰਕਾਰੀ ਡਾਕਟਰ ਅਤੇ ਟੀਕੇ ਲਾਉਣ ਤੋਂ ਅੱਧੇ ਘੰਟਾ ਬਾਅਦ 'ਚ ਹੀ ਬਹਿ ਗਿਆ ਡੰਗਰ, 12 ਲੀਟਰ ਦਿਹਾੜੀ ਦਾ ਦੁੱਧ ਹੁੰਦੀ ਹੈ ਜੀ। ਸਾਡਾ ਠੀਕ ਹੋ ਜੀ, ਕੁਛ ਹੁੰਦਾ ਰਹੇ ਤਾਂ ਮੁਆਵਜ਼ਾ ਮਿਲੇਗੀ ਸਾਨੂੰ। ਡਾਕਟਰ ਸਾਹਿਬ ਨੇ ਇਹਨਾਂ ਨੂੰ ਟੀਕਾ ਲਾਇਆ ਜੀ, ਇਹਨਾਂ ਨੇ ਗਰੰਟੀ ਦੀ ਹੈ, ਕਹਿੰਦੇ ਸਾਡੇ ਕੁਛ ਨਹੀਂ ਹੁੰਦਾ ਡੰਗਰ ਨੂੰ। ਅੱਧੇ ਘੰਟੇ ਬਾਅਦ 'ਚ ਡੰਗਰ ਬੈਠ ਗਿਆ ਜੀ। ਇਹ ਜੀ ਅਸੀਂ ਅੱਗੇ ਟੀਕਾ ਲਾਉਣ, ਕਹਿੰਦੇ ਮੂੰਹ ਟੀਕਾ ਲਾਉਣਾ ਇਹਨਾਂ ਨੂੰ ਡੰਗਰਾਂ ਨੂੰ। ਮੋਟਰ 'ਤੇ ਬੈਠੇ ਸੀ ਅਸੀਂ, ਉੱਥੇ ਡੰਗਰ ਬੰਨੇ ਵੇ ਤੇ 5-4 ਬੰਦੇ ਹੋਰ ਵੀ ਬੈਠੇ ਰਹਿੰਦੇ ਰਿਸ਼ਾਂ 'ਚ ਅਤੇ ਅਸੀਂ ਕਿਹਾ ਵੀ ਦੇਖੀ ਨੁਕਸਾਨ ਨਾ ਕਰੇ, ਤਾਜ਼ੀ ਸੂਈ ਵੀ ਹੈ। ਇਹ ਕਹਿੰਦੇ ਸਾਡੀ ਗਰੰਟੀ ਕੋਈ ਗੱਲ ਨਹੀਂ, ਕੁਛ ਵੀ ਨਹੀਂ ਹੁੰਦਾ ਉਹਨੂੰ, ਅਰੇ ਅੱਧੇ ਘੰਟੇ ਮਗਰ ਉਹ ਝੋਲੇ ਜੇ ਲੱਗ ਗਈ ਖਾਣ, ਜਦੋਂ ਬੈਠ ਗਈ ਜਦੋਂ ਉਹਦੇ ਪਿੰਡ 'ਚ ਟੋਲਿਆ ਸੀ ਸਾਨੂੰ ਕਿਤੇ ਨਹੀਂ ਲੱਭੇ, ਤੇਰੇ ਭੱਜ ਲੱਠ ਫਕਰੀਆ ਸੀ। ਅਰਿਆ ਜੀ ਮੈਂ ਖੁਦ ਕਿਹਾ ਮੈਂ ਇਹਨੂੰ ਸੁਣਿਆ ਵੀ ਨਾ ਲਾਇਓ, ਇਹ ਕਹਿੰਦੇ ਸਾਡੀ ਗਰੰਟੀ ਕੁਛ ਨਹੀਂ ਹੁੰਦਾ। ਉਹ ਵੀ ਕੋਲ ਬੈਠਾ ਨੂੰ ਕਿਹਾ ਵੀ ਇਹ ਤਾਜ਼ੀ ਸੂਈ ਵੀ ਜਿਹੜੀ ਉਹਨੂੰ ਰਹਿਣ ਦਿਓ, ਇਹ ਕਹਿੰਦੇ ਵੀ ਉਹ ਕੋਈ ਨੁਕਸਾਨ ਨਹੀਂ, ਕੋਈ ਚੱਕਰ ਨਹੀਂ ਹੈ, ਵਿਸ਼ੇਸ਼ ਕੁਛ ਨਹੀਂ, ਸਰਕਾਰੀ 100% ਕੰਪਲਸਰੀ ਹੈਗਾ। ਅੱਜ ਕੁਛ ਦਿਨ ਪਹਿਲਾਂ ਸੂਈ ਹੋਵੇ ਫਿਰ ਵੀ ਜੋ ਮਰਜ਼ੀ ਹੋਵੇ ਜੀ, ਚਾਹੇ ਕੱਲ੍ਹ ਸੁਣੀ ਹੋਵੇ ਤਾਂ ਵੀ ਕੋਈ ਦਿੱਕਤ ਨਹੀਂ ਹੁੰਦੀ ਇਹਦੇ 'ਚ। ਇਹ ਸਰਕਾਰ ਸੈਂਟਰ ਗਵਰਨਮੈਂਟ ਦੇ ਹੈਗੇ, ਕੋਈ ਉਹ ਨਹੀਂ ਹੁੰਦੇ, ਫ੍ਰੀ ਲੱਗਦੇ ਨਾਲੇ, ਕੋਈ ਇਹ ਨਹੀਂ ਇਹਦੇ ਕੋਈ ਚਾਰਜਿਸ ਨਹੀਂ ਹੁੰਦੇ, ਕੁਛ ਨਹੀਂ ਹੁੰਦੇ 100%, ਕਿਉਂਕਿ ਰਜਿੰਦਰਗੜ੍ਹ ਦੇ ਵਿੱਚ 250 ਡੰਗਰਾਂ ਨੂੰ ਹੋਈ ਪਈ ਹੈ ਨਾ, ਨੇੜੇ ਦੇ ਸਾਰੇ ਪਿੰਡਾਂ ਵਿੱਚ ਹੀ। ਫਿਰ ਲੋਕੀ ਉਸ ਟਾਈਮ ਕਹਿੰਦੇ ਲਾਉਂਦੇ ਕਿਉਂ ਨਹੀਂ ਜੀ, ਜਦੋਂ ਲੱਗ ਜਾਂਦੇ ਆ ਫਿਰ ਕਹਿੰਦੇ ਲੱਗ ਕੀ ਆਹ ਹੋ ਗਿਆ ਜੀ, ਕੀ ਪ੍ਰੋਬਲਮ ਹੈ ਜੀ? ਇਹ ਤਾਂ ਕੁਛ ਨਹੀਂ ਕਹਿ ਸਕਦੇ, ਇਹ ਤਾਂ ਬਲੱਡ ਸੈਂਪਲਸ ਹੋਣਗੇ, ਸਾਰਾ ਕੁਛ ਹੋਊਗਾ ਤਾਂ ਪਤਾ ਲੱਗੂ, ਉਹਦੇ ਕਰਕੇ ਕੁਛ ਨਹੀਂ ਹੈਗਾ। ਮੂੰਹ ਖੁਰਦ ਜੇ ਹੁਣ ਗੱਲ ਸੁਣੋ ਮੇਰੀ, 40,000 ਡੰਗਰਾਂ ਨੂੰ ਲੱਗਿਆ, ਅਗਰ ਇੱਕ ਡੰਗਰ ਕੋਈ ਉਹ ਹੋ ਵੀ ਗਿਆ ਤਾਂ ਉਹਦੇ 'ਚ ਆਪਾਂ ਦੇਖਣਾ ਪਊਗਾ ਪਹਿਲਾਂ, ਦੇਖ ਕੇ ਕੀ ਪੋਜੀਸ਼ਨ, ਅਜੇ ਦੇਖ ਕੇ ਨਹੀਂ, ਬਲੱਡ ਸੈਂਪਲ ਲਵਾਂਗੇ, ਅਜੇ ਸੈਂਪਲ ਕਰਕੇ ਫਿਰ ਪਤਾ ਲੱਗੂਗਾ। ਉਹ ਨਹੀਂ ਨਹੀਂ ਟੀਕੇ ਕਰਕੇ ਨਹੀਂ ਹੁੰਦੀ ਜੀ, ਇਹ ਤਾਂ 100% ਕਹਿੰਦਾ ਹੁਣ 40, ਹੁਣ ਗੱਲ ਸੁਣੋ ਮੇਰੀ, ਪੂਰੇ ਪੰਜਾਬ 'ਚ ਲੱਗੇ ਆ ਟੀਕੇ, ਪੂਰੇ ਪੰਜਾਬ 'ਚ ਲੱਗੇ ਆ, ਠੀਕ ਹੈ ਨਾ। ਅਗਰ ਇੱਕ ਦੋ ਡੰਗਰ ਨੂੰ ਹੁਣ ਕੋਈ ਵੀ ਇਹ ਨਹੀਂ ਹੁੰਦਾ ਕਿ ਕੋਈ ਵੀ ਵੈਕਸੀਨ ਲੱਗ ਰਹੀ ਹੈ, ਬੱਚੇ ਨੂੰ ਰਿਐਕਸ਼ਨ ਨਹੀਂ ਹੋ ਸਕਦਾ ਜਾਂ ਕੁਛ ਨਹੀਂ ਹੋ ਸਕਦਾ। ਫਤਿਹਗੜ੍ਹ ਸਾਹਿਬ ਤੋਂ ਪੰਜਾਬੀ ਸਰਕਾਰ ਮੈਲੀ ਬਹਾਦਰ ਸਿੰਘ ਟਵਾਣਾ ਦੀ ਰਿਪੋਰਟ।